हाँ जी सुखजिंदर सिंह जी, हाँ जी, सत श्री अकाल जी। हाँ, सत श्री अकाल। हाँ सुखजिंदर बोल रहे हैं लौंगोवाल तो। जी हाँ जी, मैं वो एक तां दो एक मिनट पहला मैं गल करनी सी, उदू बाद मैं रजनीश की गल करूंगा। हाँ जी जदों दा मतलब अपना ये मतलब प्रॉब्लम आई है पिछले हफ्ते तो, उस तो बाद मतलब जेड़े कहंदे आ वी असीं अपग्रेड हो गए हुण तुहाडे नहीं नाल जुड़े हुए इत्थे आ। इत्थे एक मिनट रुक जा वीरा। जदों तू लगा सी ना लिखण, जदों तू सानू कुछ कहण लगा सी, तेनू किसी ने असी सर्टिफिकेट दिता सी। नहीं, वो मतलब मैनू गाला कढ रहे हैं मेरी मेरी कि मेरी फेसबुक पहला पर गल का मेरी जवाब दई, आंटी भी हैं। मेरी गल का जवाब दई। तू किन्ने पोस्टर बना बना के भेजे सी, मैं शेयर कर दिते। मैं कौन की पे जैसी। पोस्टर बना बना के ते भेजे सीगे, हाँ जी, हाँ जी, मैं शेयर कर दिते, चलो ते तेनू तेनू असी सर्टिफिकेट दिता सीगा पे तू अथोराइज है हुण साडे नू। चलो ठीक है। नहीं, मेरी मैं तेनू पुछया पे तेनू कोई सर्टिफिकेट दिता सी असी पे ए बंदे नू असी अथॉरिटी दिती आ हुण, नहीं दिता जी। फिर बाकियां नू भी नहीं दिता। अपनी मर्जी मर्जी ना तुसी मित्र बनाए आ, मर्जी ना तुसी छड़े आ, मर्जी ना गालां कढ़ते मैनू कहते दसण लग पिया। चलो ठीक है जी, मैं कोई स्कूल तो मैं ट्रेनिंग देके फिर भेजिया ना कोई? फिर चलो जी, आप अगे गल करते हैं फिर, कोई गल हाँ नहीं। पहली स्टेटमेंट तुहाडी ये सी, प्रोग्राम च एक स्रोते दा फोन आया सी, वो कहंदा मतलब मैं रेडियो सुनदा ते मैनू कुछ गल्लां चंगियां लगदियां कुछ माड़ियां लगदियां। तुहाडी स्टेटमेंट ये सी, कहंदे भी जे जेड़ियां चंगियां चंगियां लगदियां वो सुन लो, जेड़ियां माड़ियां लगदियां छड्ड दियो। ਉਦੋਂ ਬਾਅਦ ਪਿਛਲੇ ਹਫ਼ਤੇ ਤੁਹਾਡੀ ਸਟੇਟਮੈਂਟ ਇਹ ਸੀ ਕਿ ਜਾਂ ਤਾਂ ਰੇਡੀਓ ਵਿਰਸਾ ਸੁਣ ਲਓ ਜਾਂ ਰਜਨੀਸ਼ ਸੁਣ ਲਓ। ਮੈਨੂੰ ਇਹ ਦੋਹੇ ਸਟੇਟਮੈਂਟਾਂ ਵਿਰੋਧੀ ਲੱਗਦੀਆਂ ਨੇ ਆਪਸ 'ਚ। ਚਲੋ ਉਹ ਗੱਲ ਇਦਾਂ ਆ, ਕੱਲੀ ਸਟੇਟਮੈਂਟ ਦੇਖ ਕੇ ਨਹੀਂ, ਸੰਦਰਭ ਸੀਗਾ। ਸੰਦਰਭ ਇਹ ਸੀਗਾ ਭਈ ਸਾਡੀ ਗੱਡੀ ਖਰਾਬ ਹੁੰਦੀ ਆ, ਅਸੀਂ ਮਕੈਨਿਕ ਕੋਲ ਜਾਂਦੇ ਆ ਨਾ, ਮਕੈਨਿਕ ਕਿਸੇ ਕੰਮ ਵਿੱਚ ਐਕਸਪਰਟ ਆ ਤੇ ਅਸੀਂ ਉਹ ਖਰੀਦ ਲੈਂਦੇ ਆ। ਠੀਕ ਉਹਨੂੰ ਕਹਿੰਦੇ ਆ ਤੂੰ 1 ਘੰਟਾ ਜੋ ਸਿੱਖਿਆ ਆ ਉਹ ਮੈਨੂੰ ਦੇ ਦੇ, ਮੇਰੇ ਤੋਂ ਆ $100 ਲੈ ਲਾ। ਇਦਾਂ ਹੀ ਡਾਕਟਰ ਕੋਲ ਜਾਂਦੇ ਆ, ਠੀਕ ਹੈ। ਹਰੇਕ ਥਾਂ ਤੇ ਜਾਂਦੇ। ਜਦੋਂ ਨਾ ਵਿਚਾਰਧਾਰਾ ਦੀ ਗੱਲ ਆਉਂਦੀ ਹੈ, ਜਿਹੜਾ ਲਾਈਫ ਸਟਾਈਲ ਆ ਤੁਹਾਡਾ, ਜਦੋਂ ਉਹਦੀ ਗੱਲ ਆਉਂਦੀ। ਹੁਣ ਕਿਸੇ ਬੰਦੇ ਨੂੰ ਉਹਦੀ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਪ੍ਰੋਬਲਮ ਆ, ਉਹ ਜਾਂ ਮੈਨੇਜਮੈਂਟ ਦੀ ਪ੍ਰੋਬਲਮ ਆ, ਜਾਂ ਉਹ ਕੰਮ ਤੇ ਤਰੱਕੀ ਨਹੀਂ ਉਹਦੀ ਹੋ ਰਹੀ, ਉਹਦਾ ਮਨ ਨਹੀਂ ਲੱਗ ਰਿਹਾ, ਉਹਨੂੰ ਕੱਲਾ ਕੱਲਾ ਮਹਿਸੂਸ ਹੋ ਰਿਹਾ, ਉਹ ਸਾਈਕੋਲੋਜਿਸਟ ਕੋਲ ਜਾਂਦਾ, ਉਹ ਆਪਣੀ ਸਮੱਸਿਆ ਦੱਸਦਾ ਆ ਤੇ ਉਹਦੇ ਕੋਲੋਂ ਹੱਲ ਲੈ ਆਉਂਦਾ, ਪੈਸੇ ਦੇ ਕੇ ਉਹਨੂੰ $200-$250 ਦਿੰਦਾ, ਖਰੀਦ ਲਿਆਉਂਦਾ ਉਹਨੂੰ। ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ, ਪ੍ਰੋਬਲਮ ਹੈਗੀ ਵਿਚਾਰਧਾਰਾ ਵਿੱਚ। ਸਾਡੀ ਸਾਡੀ ਸਮੱਸਿਆ ਕੁੱਲ ਮਿਲਾ ਕੇ ਇਹ ਆ ਵੀ ਜਦੋਂ ਕੋਈ ਪੰਜਾਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੀਆਂ ਜਿਹੜੀਆਂ ਗੁਰੂ ਗੁਰਬਾਣੀ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਆ, ਨਾਨਕ ਸਰੀਆ ਵੀ ਇਹੀ ਕਰਦੇ ਸੀ ਵੀ ਬਾਬਾ ਆਨੰਦ ਸਿੰਘ ਕਿਹਾ ਕਰਦੇ ਸੀ ਅੰਮ੍ਰਿਤ ਵੇਲੇ ਦੀ ਬਹੁਤ ਕੀਮਤ ਹੁੰਦੀ ਆ, ਇਹ ਗੱਲ ਗੁਰਬਾਣੀ ਦੇ ਨਾਂ ਥੱਲੇ ਕੀਤੀ ਜਾ ਸਕਦੀ, ਉਹਨੂੰ ਕਾਹਤੇ ਪ੍ਰਮੋਟ ਕਰਦੇ ਆ ਅਸੀਂ। ਠੀਕ ਹੈ। ਠੀਕ ਹੈ, ਮਸਲਾ ਇਹ ਸੀਗਾ, ਅਸੀਂ ਅਸੀਂ ਅਜਮੇਰ ਸਿੰਘ ਨੂੰ ਪੜ੍ਹਦੇ ਰਹੇ ਆ, ਕਪੂਰ ਨੂੰ ਪੜ੍ਹਦੇ ਰਹੇ ਆ, ਮੈਂ ਰਜਨੀਸ਼ ਦੀਆਂ ਗੱਲਾਂ ਕੋਟ ਕਰਦਾ ਰਿਹਾ ਜਿਹੜੀਆਂ ਹੋਈਆਂ ਆ, ਪਰ ਉਹਨੂੰ ਆਈਡੀਅਲ ਨਹੀਂ ਉਹਨੂੰ ਬਣਾਇਆ ਜਾ ਸਕਦਾ ਜ਼ਿੰਦਗੀ ਦਾ। ਮਸਲਾ ਇਹ ਹੋਇਆ ਸੀ ਕਿ ਹੁਣ ਜਦੋਂ ਗੱਲ ਜ਼ਿਆਦਾ ਪਹੁੰਚ ਗਈ ਨਾ, ਰੇਡੀਓ ਤੇ ਗੱਲ ਕਰਦੇ ਕਰਦੇ ਦੋ ਦੋ ਤਿੰਨ ਤਿੰਨ ਵਾਰੀ ਰਜਨੀਸ਼ ਦਾ ਨਾਂ ਆਉਣ ਲੱਗ ਪਿਆ, ਠੀਕ ਹੈ। ਫਿਰ ਮੈਨੂੰ ਮੈਨੂੰ ਤਕਲੀਫ ਹੋਈ ਪਈ, ਹੱਦ ਹੋ ਗਈ, ਅਸੀਂ ਇਹ ਕਿੱਥੇ ਹੋ ਗਿਆ ਪਈ ਪਈ ਅਸੀਂ ਰਜਨੀਸ਼ ਨੂੰ ਪ੍ਰਮੋਟ ਕਰਨ ਲੱਗੇ ਹਾਂ। ਗੱਲ ਮੈਂ ਉਹ ਵੀ ਗੱਲ ਮੈਂ ਤੁਹਾਡੀ ਇੱਕ ਸਟੇਟਮੈਂਟ ਹੈ, ਮਤਲਬ ਤੁਸੀਂ ਸਟੇਟਮੈਂਟ ਇਹ ਦਿੱਤੀ ਸੀ ਕਿ ਜਦੋਂ ਅਸੀਂ ਕੋਈ ਚੀਜ਼ ਲੈਂਦੇ ਹਾਂ ਤਾਂ ਪੂਰਾ ਪੈਕੇਜ ਹੀ ਲੈਂਦੇ ਹਾਂ, ਮੇਰੇ ਤੋਂ ਗਲਤੀ ਹੋ ਗਈ, ਉਹੀ ਗੱਲ ਮੈਂ ਕਹਿਣਾ ਨਾ। ਤੁਸੀਂ ਕਿਹਾ ਸੀ ਵੀ ਮਤਲਬ ਜਦੋਂ ਅਸੀਂ ਕੋਈ ਪੈਕੇਜ ਮੈਂ ਉਹ ਸਟੇਟਮੈਂਟ ਵਾਪਸ ਲੈ ਲੈਣਾ, ਮੇਰੀ ਮੇਰੇ ਤੋਂ ਗਲਤੀ ਹੋ ਗਈ, ਅੱਗੇ ਗੱਲ ਕਰੋ। ਚਲੋ ਠੀਕ ਹੈ। ਤੇ ਹੁਣ ਅਸੀਂ ਗੱਲ ਕਹਿੰਦੇ ਹਾਂ ਵੀ ਜਿਹੜਾ ਮਤਲਬ ਤੁਸੀਂ ਕਹਿੰਦੇ ਹੋ ਵੀ ਰਜਨੀਸ਼ ਦਾ ਜਿਹੜਾ ਸਮਾਜ ਬਣਾਉਣਾ ਚਾਹੁੰਦਾ ਸੀ ਉਹ ਗਲਤ ਬਣਾਉਣਾ ਚਾਹੁੰਦਾ ਸੀ। ਗਲਤ ਨਹੀਂ, ਮੈਂ ਕਹਿੰਦਾ ਮੈਂ ਪੁੱਛਦਾ ਸੀ ਵੀ ਕਿੱਦਾਂ ਦਾ ਬਣੂਗਾ ਸਮਾਜ ਉਹਨਾਂ ਗੱਲਾਂ ਨੂੰ ਫੋਲੋ ਕਰਕੇ।
ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਵੀ ਮਤਲਬ ਉਹ ਜ਼ਿਆਦਾ ਮਤਲਬ ਸੈਕਸ ਨੂੰ ਤਰਜੀਹ ਰਿਹਾ ਹੈ ਨਹੀਂ ਨਹੀਂ ਜੋ ਤੁਹਾਡੀ ਸਟੇਟਮੈਂਟ ਸੀ। ਤੁਸੀਂ ਇਦਾਂ ਮੇਰੀਆਂ ਗੱਲਾਂ ਦੇ ਵਿੱਚ ਅਰਥ ਨਾ ਪਾਓ। ਮੈਂ ਤਾਂ ਕਹਿੰਦਾ ਵੀ ਜਿਹੜੀ ਵੀ ਵਿਚਾਰਧਾਰਾ ਕਿਸੇ ਦੀ ਹੈਗੀ ਆ ਨਾ, ਉਹ ਵਿਚਾਰਧਾਰਾ ਜਿਹੜੀ ਆ ਉਹ ਸਮਾਜ ਵਿਗਿਆਨ ਦੇ ਉੱਤੇ ਪੂਰੀ ਉਤਰਦੀ ਕਿ ਨਹੀਂ, ਉਸ ਵਿਚਾਰਧਾਰਾ ਤੇ ਉਹਨੂੰ ਫੋਲੋ ਕਰਨ ਵਾਲੇ ਜਿਹੜੇ ਲੋਕ ਆ ਉਹ ਕਿੱਦਾਂ ਦਾ ਪਿੰਡ ਖੜਾ, ਕਿੱਦਾਂ ਦਾ ਸ਼ਹਿਰ, ਕਿੱਦਾਂ ਦਾ ਦੇਸ਼ ਬਣਾਉਣਗੇ। ਮੈਂ ਉਹੀ ਗੱਲ ਕਰ ਰਿਹਾ ਨਾ, ਤੁਹਾਡੀ ਇਹ ਸਟੇਟਮੈਂਟ ਸੀਗੀ ਮਤਲਬ ਰਜਨੀਸ਼ ਚਾਹੁੰਦਾ ਸੀ ਕਿ 365 ਹੋਣ ਉਹਦੀਆਂ ਸਾਲ ਚ। ਉਹ ਤਾਂ ਵੀਰਾ ਦੇਖੋ ਉਹਨਾਂ ਨੂੰ ਉਹ ਗੱਲਾਂ ਨੂੰ ਮੁੱਦਾ ਨਾ ਬਣਾਓ। ਉਹ ਗੱਲ ਉਹ ਜੇ ਤਾਂ ਇਦਾਂ ਪੇ ਮੈਂ ਰਜਨੀਸ਼ ਬਾਰੇ ਕੀ ਕਿਹਾ ਇਹ ਤੇ ਵਿਚਾਰ ਕਰਨੀ ਆ, ਹਾਂ ਫੇਰ ਤਾਂ ਗੱਲ ਸਾਡੀ 5-6 ਦਿਨ ਲੱਗ ਜਾਣੇ ਆ। ਮਸਲਾ ਇਹ ਆ, ਤੂੰ ਇਹ ਦੱਸ ਇੱਥੇ ਵੀ ਰਜਨੀਸ਼ ਦੇ ਵਿੱਚ ਚੰਗਾ ਕੀ ਆ। ਨਹੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਕੁਦਰਤ ਦਾ ਨਿਯਮ ਹੈ ਸਾਰਾ ਕੁਝ ਪ੍ਰਜਨਨ ਹੋ ਰਿਹਾ ਹੈ, ਆਟੋਮੈਟਿਕ ਹੋ ਰਿਹਾ ਹੈ, ਠੀਕ ਹੈ। ਤੇ ਉਦੋਂ ਬਾਅਦ ਜਿਹੜਾ ਸਾਡਾ ਸਮਾਜ ਬਣਿਆ ਉਹ ਸਮਾਜ ਦੇ ਵਿੱਚ ਸਾਡਾ ਸਿਸਟਮ ਹੈ ਵੀ ਅਸੀਂ ਪਤੀ ਪਤਨੀ ਦੇ ਰੂਪ ਦੇ ਵਿੱਚ ਵਿਚਰਨਾ, ਵਿਕਾਸ ਕਰਨਾ। ਅਸੀਂ ਰਣਜੀਤ ਸਿੰਘ ਢੱਡਰੀਵਾਲੇ ਦੀ ਵੀ ਇਹੀ ਸਟੇਟਮੈਂਟ ਹੈ ਵੀ ਅਸੀਂ ਕੁਦਰਤ ਦੇ ਬਾਗੀ ਨਹੀਂ ਹੋਣਾ। ਨਹੀਂ ਨਹੀਂ ਜਿਹੜੀ ਆ ਸਟੇਟਮੈਂਟ ਦੇ ਰਹੇ ਆ ਰਜਨੀਸ਼ ਦੀ ਦਿੱਤੀ ਹੋ ਕਿ ਤੂੰ ਆਪਣੀ ਥਿਊਰੀ ਦੇ ਰਿਹਾ ਕੋਈ, ਕਿਹੜੀ ਜਿਹੜੇ ਆ ਗੱਲ ਕਹਿਣ ਲੱਗਾ ਇਹ ਕੋਈ। ਮੈਂ ਤੈਨੂੰ ਪੁੱਛਿਆ ਭਈ ਇੱਥੇ ਤੁਸੀਂ ਇਹ ਦੱਸੋ ਵੀ ਰਜਨੀਸ਼ ਵਿੱਚ ਚੰਗਾ ਕੀ ਆ। ਨਹੀਂ ਮੈਂ ਫਿਰ ਉਹਦੇ ਪੱਖ ਚ ਗੱਲ ਮੈਨੂੰ ਪੂਰੀ ਤਾਂ ਕਰ ਲਵੋ ਨਾ। ਢੱਡਰੀਵਾਲੇ ਦੀ ਗੱਲ ਨਾ ਕਰੋ, ਤੁਸੀਂ ਗੱਲ ਨੂੰ ਮਿਲੋ ਨਾ ਪਿਓ। ਉਹ ਵੀ ਇਦਾਂ ਕਹਿੰਦਾ, ਉਹ ਵੀ ਇਦਾਂ ਕਹਿੰਦਾ, ਇਹ ਨਾ ਤੁਸੀਂ ਉਹਦਾ ਰਜਨੀਸ਼ ਦਾ ਪੱਖ ਦੱਸੋ। ਮੈਂ ਪ੍ਰੈਕਟੀਕਲਟੀ, ਤੁਸੀਂ ਕਿਹਾ ਸੀ ਕਿ ਉਹਦੀ ਪ੍ਰੈਕਟੀਕਲਟੀ ਜ਼ੀਰੋ ਸੀ, ਮੈਂ ਉਹਦੇ ਵਾਸਤੇ ਸਾਬਤ ਕਰਨਾ ਚਾਹੁੰਦਾ ਵੀ ਪ੍ਰੈਕਟੀਕਲਟੀ ਜ਼ੀਰੋ ਉਹਦੀ ਕਿਵੇਂ ਸੀ, ਇੱਧਰ ਕਿਵੇਂ ਆ। ਨਹੀਂ ਉਹਦੇ ਦੇ ਜਦੋਂ ਜਦੋਂ ਸਾਡੇ ਕੋਲ ਢੱਡਰੀਆਂ ਵਾਲੇ ਇਹ ਗੱਲਾਂ ਕਹਿ ਰਹੇ ਫਿਰ ਸੀ ਰਜਨੀਸ਼ ਨੂੰ ਕਿਉਂ ਸੁਣੀਆਂ, ਫਿਰ ਤਾਂ ਗੱਲੇ ਖਤਮ ਹੋ ਗਈ। ਨਹੀਂ ਰਜਨੀਸ਼ ਦੂਜੇ ਪਾਸੇ ਜਾਣਾ ਚਾਹੁੰਦਾ, ਰਣਜੀਤ ਸਿੰਘ ਕਹਿੰਦੇ ਵੀ ਵਿਹੰਗਮ ਰਹਿ ਗਏ, ਉਹਦੇ ਨੂੰ ਅਸੀਂ ਕੀ ਫੋਲੋ ਮਤਲਬ ਕਰ ਲਵਾਂਗੇ, ਬਾਕੀ ਸਾਰੀ ਗੱਲ ਠੀਕ ਆ ਮੈਂ ਮੰਨਦਾ। ਢੱਡਰੀਆਂ ਵਾਲਿਆਂ ਨੇ ਕਦੋਂ ਕਿਹਾ? ਢੱਡਰੀਆਂ ਵਾਲਿਆਂ ਦੀ ਸਟੇਟਮੈਂਟ ਭਈਆ, ਉਹ ਕਹਿੰਦੇ ਜੀ ਮੈਂ ਵਿਹੰਗਮ ਆ। ਨਹੀਂ ਨਹੀਂ ਆਪ ਭਾਈ ਗੁਰਦਾਸ ਜੀ ਨੇ ਵਿਆਹ ਨਹੀਂ ਸੀ ਕਰਾਇਆ ਆ। ਨਹੀਂ ਹੁਣ ਜਦੋਂ ਨਾਨਕ ਦੀ ਗੱਲ ਕਰਨੀ ਆ, ਗੋਬਿੰਦ ਸਿੰਘ ਦੀ ਗੱਲ ਕਰਨੀ ਆ, ਸਮਾਜ ਨੂੰ ਉਸ ਪਾਸੇ ਵਿਕਾਸ ਵਾਲੇ ਪਾਸੇ ਲੈ ਕੇ ਜਾਣਾ, ਫਿਰ ਮਤਲਬ ਇਹ ਖਿਲਵਾੜ ਨਹੀਂ ਹੋ ਰਿਹਾ ਕੁਦਰਤ ਨਾਲ? ਤੁਸੀਂ ਉਹ ਖਿਲਵਾੜ ਉਹਨੂੰ ਅਸੀਂ ਵਿਚਾਰ ਲਵਾਂਗੇ ਆਪੇ, ਤੈਂ ਠੇਕਾ ਲਿਆ ਉਹਦਾ, ਤੂੰ ਗੱਲ ਕਰ ਰਜਨੀਸ਼ ਕੀ ਕਹਿੰਦਾ ਆ। ਨਹੀਂ ਰਜਨੀਸ਼ ਦੀ ਜਿਹੜੀ ਪਿਛਲੇ ਹਫਤੇ ਗੱਲ ਹੋਈ ਆ ਮੈਂ ਉਸੇ ਦੇ ਗੱਲ ਹਿਸਾਬ ਚ ਗੱਲ ਕਰ, ਤੂੰ ਦੇਖ ਫਿਰ ਇਹ ਕਮੀਣਗੀ ਕੀਤੀ ਨਾ। ਪਿਛਲੇ ਹਫਤੇ ਅਸੀਂ ਪ੍ਰੋਗਰਾਮ ਇਹ ਰੱਖਿਆ ਸੀ ਵੀ ਜਿਹੜੇ ਬੰਦੇ ਰਜਨੀਸ਼ ਦੇ ਹੱਕ ਵਿੱਚ ਆ ਉਹ ਵਿਚਾਰ ਕਰੋ। ਜੇ ਤੂੰ ਉਦਣ ਗੱਲ ਕਰਨ ਆਉਂਦਾ ਪਿਛਲੇ ਹਫਤੇ ਕੋਈ ਗੱਲ ਨਹੀਂ ਸੀ ਹੋਣੀ, ਤੂੰ ਪਹਿਲਾਂ ਤਾਂ ਚੁੱਪ ਕਰਕੇ ਬੈਠਾ ਰਿਹਾ ਸਿਉਂਕ ਵਾਂਗ, ਅਸੀਂ ਗੱਲਾਂ ਕਹਿ ਲਈਆਂ, ਹੁਣ ਤੂੰ ਮੇਰੀਆਂ ਸਟੇਟਮੈਂਟਾਂ ਦੇ ਉੱਤੇ ਵਿਚਾਰ ਦੇਣ ਲੱਗ ਪਿਆ। ਚਲੋ ਫਿਰ ਹੁਣ ਤੁਸੀਂ ਜਵਾਬ ਨਹੀਂ ਨਹੀਂ ਫਿਰ ਤੁਸੀਂ ਕਹਿੰਦੇ ਹੋ ਤੁਹਾਨੂੰ ਕਮੀਣੇ ਨਾ ਕਹੀਏ। ਵੀਰਾ ਗੱਲ ਇਹ ਆ, ਪਿਛਲੇ ਹਫਤੇ ਮੈਂ ਪ੍ਰੋਗਰਾਮ ਇਹ ਰੱਖਿਆ ਸੀ ਵੀ ਜਿਹੜੇ ਜਿਹੜੇ ਕਹਿੰਦੇ ਆ, ਮੈਂ ਕਿਹਾ ਸੀ ਵੀ ਰਜਨੀਸ਼ ਬਾਰੇ ਗੱਲ ਕਰਨੀ ਆ। ਹਾਂ ਤੂੰ ਮੈਨੂੰ ਮੈਸੇਜ ਭੇਜਿਆ ਵੀ ਜੇ ਇਦਾਂ ਕਰਨੀ ਆ ਉਹਦੇ ਕੁਛ ਉਲਟ ਕਹਿਣਾ ਆ, ਮੇਰਾ ਮੈਨੂੰ ਅਨਫਰੈਂਡ ਕਰ ਦਿਓ। ਉਹ ਤੋਂ ਬਾਅਦ ਮੈਂ ਪੋਸਟ ਪਾਈ ਸੀ, ਉਹ ਤੋਂ ਬਾਅਦ ਮੈਂ ਪੋਸਟ ਵੀ ਪਾਈ ਸੀ, ਮੈਂ ਲਿਖਿਆ ਸੀ ਵੀ ਜਿਹਦੇ ਜਿਹਦੇ ਕੋਲ ਕੁਛ ਰਜਨੀਸ਼ ਦੇ ਹੱਕ ਵਿੱਚ ਕਹਿਣ ਨੂੰ ਹੈਗਾ ਅੱਜ ਫੋਨ ਕਰੋ। ਇੱਕ ਮਿੰਟ ਮੇਰੀਆਂ ਸਟੇਟਮੈਂਟਾਂ ਤੇ ਯਾਰ ਤੂੰ ਕਿਹੜੇ ਪਾਸੇ ਨੂੰ ਤੁਰ ਪਿਆ, ਮੇਰੀ ਗੱਲ ਤਾਂ ਸੁਣ ਲਾ। ਬੁੱਧਵਾਰੀ ਮੈਂ ਪ੍ਰੋਗਰਾਮ ਰੱਖਿਆ ਸੀ ਵੀ ਜਿਹਦੇ ਕੋਲ ਰਜਨੀਸ਼ ਦੇ ਹੱਕ ਵਿੱਚ ਕੁਛ ਹੈਗਾ ਉਹ ਫੋਨ ਕਰੋ। ਮੈਂ ਪ੍ਰੋਗਰਾਮ ਕਹਿਣਾ ਵੀ ਰਜਨੀਸ਼ ਬਿਲਕੁਲ ਬਿਲਕੁਲ ਗਲਤ ਬੰਦਾ ਹੈ, ਮੈਂ ਇਹ ਕਹਿਣਾ ਗੱਲ ਖਤਮ ਆ, ਗੱਲ ਗੱਲ ਖਤਮ ਆ। ਫਿਰ ਜਿਹੜੀ ਬਾਕੀ ਵਿਚਾਰ ਆ ਉਹ ਫਿਰ ਕਿਤੇ ਗਾਹਾਂ ਕਰਾਂਗੇ ਆਪਾਂ, ਠੀਕ ਹੈ ਜੀ? ਠੀਕ ਆ, ਜੇ ਤੈਨੂੰ ਪਤਾ ਹੈ ਫਿਰ ਰਜਨੀਸ਼ ਗਲਤ ਆ, ਗੱਲ ਖਤਮ ਹੋ ਗਈ, ਅਸੀਂ ਵੀ ਇਹੀ ਕਹਿੰਦੇ ਆ। ਠੀਕ ਠੀਕ ਹੈ ਜੀ, ਠੀਕ ਆ, ਥੈਂਕ ਯੂ ਜੀ। ਉਹ ਫਿਰ ਤਾਂ ਮੁੱਦਾ ਹੀ ਨਹੀਂ ਨਾ ਕੋਈ ਪ੍ਰਭੂ ਹੈਗਾ, ਠੀਕ ਹੈ? ਤੁਸੀਂ ਇਹਨੂੰ 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 ਮੈਂ ਕਹਿੰਦਾ ਕਮੀਣਗੀ ਜਾਣੀ, ਠੀਕ ਹੈ? ਇਹੀ ਚੀਜ਼ ਸਾਨੂੰ ਰੜਕਦੀ ਆ ਭਈ ਇਹ ਬੰਦੇ ਨੇ ਉਦਣ ਇੰਨਾ ਖੋਰੂ ਪਾਈ ਰੱਖਿਆ, ਅਸੀਂ ਪ੍ਰੋਗਰਾਮ ਰੱਖਿਆ 3 ਘੰਟੇ ਮੈਂ ਇੱਥੇ ਬੈਠਾ ਰਿਹਾ, ਕੋਈ ਫੋਨ ਨਹੀਂ ਕੀਤਾ। ਹੁਣ ਜਿਹੜੀਆਂ ਸਟੇਟਮੈਂਟਾਂ ਅਸੀਂ ਦੇ ਦਿੱਤੀਆਂ ਇਹ ਜੀ ਤੁਸੀਂ ਆਹ ਕਹਿ ਦਿੱਤਾ, ਇਹਦੇ ਬਾਰੇ ਦੱਸੋ ਨਾਲ ਢੱਡਰੀਆਂ ਵਾਲਿਆਂ ਦੀਆਂ ਗੱਲਾਂ ਲਿਆ ਲਿਆ ਕੇ ਮਸਲਾ। ਅਸੀਂ ਇਹ ਨਹੀਂ ਕਿਹਾ ਵੀ ਅਸੀਂ 100% ਠੀਕ ਆ, ਇਹ ਮੁੱਦਾ ਥੋੜ੍ਹੀ ਆ। ਮੁੱਦਾ ਤਾਂ ਇਹ ਸੀਗਾ ਵੀ ਰਜਨੀਸ਼ ਦੇ ਵਿੱਚ ਐਸਾ ਕੀ ਆ ਜਿਹੜਾ ਪੰਜਾਬ ਵਿੱਚ ਸਾਡੇ ਕੋਲ ਸਿੱਖਾਂ ਦੇ ਕੋਲ ਪਹਿਲਾਂ ਨਹੀਂ ਸੀ, ਜਿਹੜਾ ਅਸੀਂ ਕਹਿੰਦੇ ਵੀ ਰਜਨੀਸ਼ ਇੱਦਾਂ ਕਹਿੰਦਾ। ਜਿਹੜੀ ਵੀ ਗੱਲ ਹੁੰਦੀ ਆ ਕੋਟੇਸ਼ਨ ਉਹਦੀ ਦੇ ਦਿੰਦੇ ਅਸੀਂ ਜਾਣੀ, ਠੀਕ ਆ।
ਉਹਦੇ ਉੱਤੇ ਗੱਲ ਚੱਲੀ ਸੀ, ਜਦੋਂ ਹੱਦ ਤੋਂ ਵੱਧ ਜਾਣ ਲੱਗੀ ਆ ਤੇ ਸਾਨੂੰ ਪ੍ਰੋਗਰਾਮ ਕਰਨਾ ਪਿਆ। ਠੀਕ ਹੈ, ਧੰਨਵਾਦ ਜੀ।